ਮਹਿਮਾਨਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ 'ਤੇ। ਅਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਇਹ ਛੋਲਿਆਂ ਦੀ ਦਾਲ ਅਤੇ ਨਾਲ ਕੱਦੂ। ਉਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਅਤੇ 3-4 ਹਰੀਆਂ ਮਿਰਚਾਂ ਪਾਵਾਂਗੇ ਅਤੇ 2 ਗੰਢੇ ਪਾਵਾਂਗੇ ਅਤੇ ਇਹ ਆਪਾਂ ਲਸਣ ਪਾਵਾਂਗੇ ਅਤੇ ਦਾਲ ਬਣਾਵਾਂਗੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਅਤੇ ਤੌੜੀ ਵਿੱਚ। ਅਤੇ ਅੱਜ ਆਪਾਂ ਇਹਨੂੰ ਕੱਦੂ ਨੂੰ ਅਤੇ ਪਿਆਜ਼ ਕੱਟ ਦੇਈਏ। ਦਾਲ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਵਾਂਗੇ, ਸਾਰਾ ਕੁਛ ਹੀ ਆਪਾਂ ਵਿੱਚ ਹੀ ਪਾ ਦੇਣਾ ਨਾਲ ਹੀ। ਅਤੇ ਉੱਪਰੋਂ ਆਪਾਂ ਕੁੱਕਰ ਵਾਂਗੂ ਤੌੜੀ ਨੂੰ ਬਿਲਕੁਲ ਬੰਦ ਕਰ ਦੇਣਾ ਅਤੇ ਫਿਰ ਆਪੇ ਦਾਲ ਆਪਣੀ ਜਦੋਂ ਚੰਗੀ ਤਰ੍ਹਾਂ ਬਣ ਜੂਗੀ ਫਿਰ ਦੇਖਾਂਗੇ ਆਪਾਂ 2-2.5 ਘੰਟੇ ਬਾਅਦ। ਕੱਟ ਲਿਆ ਸਾਰਾ ਮਟੀਰੀਅਲ ਆਪਾਂ ਕੱਟ ਲਿਆ, ਇਹ ਕੱਦੂ ਵੀ ਆਪਾਂ ਕੱਟ ਲਿਆ, ਇਹ ਹਰੀ ਮਿਰਚ ਕੱਟੀ ਆ, ਇਹ ਲਸਣ, ਇਹ ਗੰਢੇ ਅਤੇ ਇਹ ਆਪਾਂ ਟਮਾਟਰ ਕੱਟਿਆ ਅਤੇ ਆਹ ਆਪਾਂ ਚਨੇ ਦੀ ਦਾਲ ਜਿਹੜੀ ਛੋਲਿਆਂ ਦੀ ਇਹ ਧੋ ਕੇ ਰੱਖ ਲਈ ਆ। ਇਹ ਸਾਰਾ ਕੁਛ ਆਪਾਂ ਧੋ ਕੇ ਸਾਰਾ ਕੁਛ ਧੋ ਕੇ ਕੱਟਿਆ ਵਾ ਅਤੇ ਹੁਣ ਆ ਜਾਓ ਆਪਾਂ ਦਾਲ ਨੂੰ ਰੱਖਦੇ ਹਾਂ ਤੌੜੀ ਵਿੱਚ। ਇਹਦੇ 'ਤੇ ਰੱਖਾਂਗੇ ਆਪਾਂ ਤੌੜੀ। ਦਾਲ ਆਪਾਂ ਬਣਾਵਾਂਗੇ ਅੱਜ ਡੈਕਸ਼ਨ 'ਤੇ ਜਿਵੇਂ ਕੋਲਿਆਂ 'ਤੇ ਬਣਾਈ ਦੀ ਆ, ਇਸੇ ਤਰ੍ਹਾਂ ਆਪਾਂ ਬਣਾਵਾਂਗੇ। ਉੱਪਰੋਂ ਬੰਦ ਕਰਕੇ ਵਿੱਚ ਪਾ ਲਾਂਗੇ ਆਪਾਂ ਆਪਾਂ ਦਾਲ ਪਾਵਾਂਗੇ ਨਾਲ ਹੀ ਸਾਰਾ ਕੁਛ, ਨਾਲ ਹੀ ਕੱਦੂ ਪਾ ਦੇਣਾ, ਨਾਲ ਹੀ ਗੰਢੇ, ਨਾਲ ਹੀ ਲਸਣ, ਸਾਰਾ ਕੁਛ ਇੱਕੋ ਵਾਰੀ ਪਾ ਕੇ ਆਪਾਂ ਇਹਨੂੰ ਬੰਦ ਕਰ ਦੇਣਾ ਅਤੇ ਦਾਲ ਮਜ਼ੇ ਮਜ਼ੇ ਬਣਦੀ ਰਹੂਗੀ। ਘੱਟ ਸੇਕ 'ਤੇ ਬਣਾਵਾਂਗੇ ਅਤੇ ਦਾਲ ਬਹੁਤ ਵਧੀਆ ਬਣਦੀ ਹੈ ਇਹ। ਇੱਕ ਵਾਰੀ ਜਿਵੇਂ ਬਣਾ ਕੇ ਦੇਖਿਓ, ਨਾਲੇ ਇਹ ਖਾਣ 'ਚ ਠੰਡੀ ਹੁੰਦੀ ਆ ਕੱਦੂ ਵਾਲੀ ਦਾਲ। ਅਤੇ ਜਦੋਂ ਨਾ ਕਿਸੇ ਸਬਜ਼ੀ ਨੂੰ ਜੀ ਕਰੇ ਅਤੇ ਫਿਰ ਦਿਲ ਕਰਦਾ ਕਿ ਦਾਲ ਹੀ ਬਣਾ ਲਈਏ ਕੱਦੂ ਵਾਲੀ, ਅਤੇ ਅੱਜ ਆਪਾਂ ਬਣਾ ਰਹੇ ਹਾਂ ਕੱਦੂ ਵਾਲੀ ਦਾਲ। ਅਤੇ ਅੱਜ ਆਪਾਂ ਇਹਨੂੰ ਦਾਲ ਦੇ ਪਾਣੀ ਗਰਮ ਹੋਣ ਦੀ ਵੇਟ ਕਰਦੇ ਹਾਂ ਅਤੇ ਫਿਰ ਆਪਾਂ ਇਹਦੇ ਵਿੱਚ ਦਾਲ ਪਾਵਾਂਗੇ। ਪਾਣੀ ਗਰਮ ਹੋ ਗਿਆ ਆਪਣਾ, ਇਹਦੇ ਵਿੱਚ ਆਪਾਂ ਪਾ ਲਾਂਗੇ ਇਹ ਛੋਲਿਆਂ ਦੀ ਦਾਲ ਅਤੇ ਨਾਲ ਹੀ ਆਪਾਂ ਪਾ ਦਾਂਗੇ ਕੱਦੂ ਜਿਹੜਾ ਆਪਾਂ ਕੱਟਿਆ ਕੱਟ ਕੇ ਲਿਆ ਵਾ। ਇਹ ਪਾਵਾਂਗੇ ਹਰੀ ਮਿਰਚ, ਨਾਲ ਹੀ ਪਾ ਦਾਂਗੇ ਹੁਣ ਆਪਾਂ ਟਮਾਟਰ। ਅਤੇ ਨਾਲ ਹੀ ਪਾ ਦਾਂਗੇ ਆਪਾਂ ਪਿਆਜ਼ ਗੰਢੇ ਜਿਹੜੇ ਆਪਾਂ ਕੱਟ ਕੇ ਲਏ ਆ। ਆਲੋ ਜੀ ਆਪਾਂ ਸਵਾਦ ਅਨੁਸਾਰ ਲੂਣ ਪਾ ਲੈਂਦੇ ਹਾਂ। ਪਾਵਾਂਗੇ ਆਪਾਂ 1 ਚਮਚਾ ਹਲਦੀ, ਨਾਲੇ ਆਪਾਂ ਪਾ ਦਾਂਗੇ ਜੀਰਾ, ਪਾਵਾਂਗੇ ਗਰਮ ਮਸਾਲਾ, ਥੋੜ੍ਹਾ ਜਿਹਾ ਆਪਾਂ ਤੇਲ ਪਾ ਦਾਂਗੇ ਵਿੱਚ ਸਰੋਂ ਦਾ। ਇਹਨੂੰ ਆਪਾਂ ਹੁਣ ਢੱਕ ਦਾਂਗੇ, ਇਹਨੂੰ ਉੱਪਰ ਕਵਰ ਕਰ ਦਾਂਗੇ ਸਾਰਾ। ਇਹ ਹੁਣ ਵਿੱਚ ਹੀ ਵਿੱਚ 2 ਘੰਟੇ ਦਾਲ ਰਿੱਝੂਗੀ ਅਤੇ ਦਾਲ ਰਿੱਝ ਕੇ ਬਹੁਤ ਸਵਾਦ ਬਣਦੀ ਜਿਵੇਂ ਕੋਲਿਆਂ 'ਤੇ ਰੱਖੀ ਹੋਵੇ। ਆਪਾਂ ਇੰਨਾ ਕੁ ਸੇਕ ਥੱਲੇ ਕਰਨਾ ਵਾ ਅਤੇ ਜਦੋਂ ਦਾਲ ਬਣ ਗਈ ਫਿਰ ਆਪਾਂ ਨੂੰ ਵਿਖਾਵਾਂਗੇ। ਆਪਾਂ ਸਾਰਾ ਕੁਛ ਇੱਕੋ ਵਾਰੀ ਪਾ ਦਿੱਤਾ, ਦਾਲ ਰਿੱਝਦੀ ਪਈ ਅਤੇ ਇਹਨੂੰ ਆਪਾਂ ਕਰ ਦਿੰਦੇ ਹਾਂ ਬੰਦ। ਉੱਤੋਂ ਆਪਾਂ ਲਾ ਕੇ ਆਟਾ ਅਤੇ ਇਹਨੂੰ ਚੰਗੀ ਤਰ੍ਹਾਂ ਸੀਲ ਕਰ ਦਾਂਗੇ। ਇਹ ਆਪਣਾ ਦੇਸੀ ਕੁੱਕਰ ਆ, ਤੁਹਾਨੂੰ ਪਤਾ ਕੁੱਕਰ 'ਤੇ ਅਸੀਂ ਵਰਤਦੇ ਨਹੀਂ ਬਿਲਕੁਲ ਵੀ। ਅਤੇ
ਆਲੋ ਜੀ ਆਪਾਂ ਦਾਲ ਜਿਹੜੀ ਆ ਬੰਦ ਕਰਤਾ ਉੱਥੋਂ ਢੱਕਣ, ਇੱਧਰ ਢੱਕਣ ਆਪਾਂ ਆਟਾ ਲਾ ਕੇ ਬੰਦ ਕਰਤਾ ਵਾ। ਇਹ ਆਪਣਾ ਦੇਸੀ ਕੁੱਕਰ ਆ, ਇੱਕ ਘੰਟੇ ਦੇ ਵਿੱਚ ਦਾਲ ਬਣੂਗੀ। ਆਪਾਂ ਇੱਕ ਘੰਟੇ ਬਾਅਦ ਇਹਨੂੰ ਵੇਖਾਂਗੇ ਅਤੇ ਫਿਰ ਤੁਹਾਨੂੰ ਦਿਖਾਵਾਂਗੇ। ਆਲੋ ਜੀ ਆਪਣਾ ਜਿਹੜਾ ਦੇਸੀ ਕੁੱਕਰ ਬਣਾਇਆ ਆਪਾਂ, ਉਹ ਖੋਲ੍ਹ ਕੇ ਵੇਖ ਲੈਂਦੇ ਹਾਂ, ਦਾਲ ਚੈੱਕ ਕਰਾਂਗੇ ਆਪਾਂ। ਦਾਲ ਮੇਰਾ ਤਾਂ ਖਿਆਲ ਬਣ ਗਈ ਹੋਊਗੀ, ਪਰ ਆਪਾਂ ਫਿਰ ਵੀ ਚੈੱਕ ਕਰ ਲੈਂਦੇ ਹਾਂ ਖੋਲ੍ਹ ਕੇ ਇਹਨੂੰ। ਦਾਲ ਆਪਣੀ ਬਣ ਗਈ ਹੈ, ਹੁਣ ਆਪਾਂ ਥੋੜ੍ਹਾ ਥੋੜ੍ਹਾ ਇਹਨੂੰ ਮੈਚ ਕਰ ਲਾਂਗੇ ਅਤੇ ਦਾਲ ਬਿਲਕੁਲ ਆਪਣੀ ਤਿਆਰ ਆ। ਅਤੇ ਜੇ ਹੁਣ ਆਪਾਂ ਦਿਲ ਕਰੂ ਤਾਂ ਇਹਨੂੰ ਤੜਕਾ ਦੇਵਾਂਗੇ ਇਕੱਲੇ ਕੜੀ ਪੱਤੇ ਦਾ, ਆਪਾਂ ਬਾਕੀ ਸਾਰਾ ਕੁਛ ਪਾ ਤਾ ਵਿੱਚ। ਦੇਸੀ ਕੁੱਕਰ, ਇਹ ਦੇਸੀ ਕੁੱਕਰ ਹੈ ਆਪਣਾ, ਤੁਸੀਂ ਕੁੱਕਰ ਨਾ ਵਰਤਿਆ ਕਰੋ। ਅਸੀਂ ਤਾਂ ਕੁੱਕਰ ਨਹੀਂ ਬਿਲਕੁਲ ਵੀ ਵਰਤਦੇ, ਨੁਕਸਾਨ ਆ। ਅਤੇ ਕੁੱਕਰ ਕਿਰਪਾ ਕਰਕੇ ਨਾ ਵਰਤਿਆ ਕਰੋ। ਆਪਾਂ ਤਾਂ ਤੌੜੀ ਦੀ ਦਾਲ ਬਣਾਉਂਦੇ ਹਾਂ, ਜੇ ਹਾਰੇ ਚਾਹੇ ਹਾਰੇ 'ਚ ਬਣਾਈਏ ਚਾਹੇ ਚੁੱਲ੍ਹੇ 'ਤੇ ਬਣਾਈਏ ਅਤੇ ਚਾਹੇ ਆ ਡੈਕਸ਼ਨ 'ਤੇ, ਇੱਥੇ ਕੋਲਿਆਂ ਵਾਂਗੂ ਬਣ ਜਾਂਦੀ। ਜਿਵੇਂ ਕੋਲਿਆਂ 'ਤੇ ਦਾਲ ਬਣਾਉਣੀ ਹੋਵੇ ਅਤੇ ਡੈਕਸ਼ਨ ਲਾਓ ਅਤੇ ਉਤਰਾ ਬਣ ਜਾਂਦੀ ਕੋਲਿਆਂ 'ਤੇ ਦਾਲ। ਦਾਲ ਆਪਣੀ ਬਣ ਗਈ ਹੈ ਅਤੇ ਇਹਨੂੰ ਆਪਾਂ ਢੱਕ ਦਿੰਦੇ ਹਾਂ। ਇਹ ਆਪਣਾ ਦੇਸੀ ਕੁੱਕਰ ਹੈ ਅਤੇ ਦਾਲ ਬਹੁਤ ਸਵਾਦ ਬਣੀ ਹੈ। ਇੱਕ ਵਾਰੀ ਬਣਾ ਕੇ ਖਾ ਕੇ ਦੇਖਿਓ, ਛੋਲੇ ਕੱਦੂ ਦੀ ਛੋਲਿਆਂ ਦੀ ਦਾਲ। ਅਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਸਬਸਕ੍ਰਾਈਬ ਵੀ ਕਰਿਓ ਅਤੇ ਮਿਲਦੇ ਹਾਂ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰਾਖਾ।